ਮੇਰੇ ਵੀਰੋ ਤੇ ਭੈਣੋ ਅੱਜ ਪਹਿਲਾਂ ਤਾਂ ਦੀਵਾਲੀ ਦੀ ਬਹੁਤ ਬਹੁਤ ਵਧਾਈ ਹੋਏ ਤੁਹਾਨੂੰ ਅੱਜ ਬੰਦੀ ਛੋੜ ਦਿਵਸ ਵੀ ਹੈ ਉਹਦੀ ਵੀ ਬਹੁਤ ਵਧਾਈ ਹੋਏ ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰਾਂ ਨੂੰ ਸੁਖੀ ਰੱਖਣ ਤੁਸੀਂ ਖੁਸ਼ ਰਹੋ ਔਰ ਆ ਜਿਹੜਾ ਬਿਮਾਰੀ ਚੱਲਦੀ ਆਈ ਹੈ ਜਿਹਨੇ ਸਾਡੇ ਦੇਸ਼ ਨੂੰ ਹੁਣ ਤਕਰੀਬਨ ਸਾਲ ਹੋ ਚੱਲਿਆ ਉਸ ਨੂੰ ਦਬ ਕੇ ਰੱਖਿਆ ਉਸ ਤੋਂ ਵੀ ਤੁਸੀਂ ਆਪਣੇ ਪਰਿਵਾਰਾਂ ਨੂੰ ਬਚਾ ਕੇ ਰੱਖੋ ਥੋੜਾ ਜਿਹਾ ਮੈਂ ਇਹਦੇ ਬਾਰੇ ਕਹਿਣਾ ਚਾਹੁੰਨਾ ਹੈ ਤਾਂ ਖੁਸ਼ੀ ਦਾ ਦਿਹਾੜਾ ਲੇਕਿਨ ਇਹ ਬਿਮਾਰੀ ਦਾ ਕੁਝ ਐਂ ਲੱਗਦਾ ਹੈ ਕਿ ਘਟ ਜਾਂਦੀ ਹੈ ਫਿਰ ਵੱਧ ਜਾਂਦੀ ਹੈ ਫਿਰ ਘਟ ਜਾਂਦੀ ਹੈ ਨੂੰ ਸਪਾਈਕਸ ਕਹਿੰਦੇ ਨੇ ਔਰ ਹੁਣ ਦੁਨੀਆ ਦੇ ਵਿੱਚ ਆਪਾਂ ਜਿਹੜੇ ਮੁਲਕਾਂ 'ਚ ਦੇਖ ਰਹੇ ਆਂ ਸਪਾਈਕਸ ਵੱਧ ਰਹੀਆਂ ਨੇ ਔਰ ਸਾਡੇ ਨੇੜੇ ਵੀ ਦਿੱਲੀ ਦੇਖ ਲਓ ਦਿੱਲੀ ਬਿਲਕੁਲ ਥੱਲੇ ਆ ਗਿਆ ਸੀ ਫਿਰ ਚੜ ਗਿਆ ਅੱਜ 9000 ਦੇ ਕਰੀਬ ਉੱਥੇ ਕੇਸਸ ਨੇ ਔਰ ਆਪਾਂ ਪੰਜਾਬ ਦੇ ਵਿੱਚ ਵੀ 400 ਤੇ ਆਗੇ ਸੀ ਔਰ ਅੱਜ 700 ਦੇ ਗੇੜੇ 'ਚ ਨੇ ਔਰ ਕੁਛ ਸਾਡੀ ਮੋਤਾ ਹੋਈਆਂ ਨੇ ਉਹਰੇ ਤਾਂ ਬੜੀ ਖੁਸ਼ੀ ਨਾਲ ਤੁਸੀਂ ਮਨਾਓ ਆਪਣੇ ਇਹ ਦੋਨੋਂ ਤਿਉਹਾਰਾਂ ਨੂੰ ਲੇਕਿਨ ਬਚ ਕੇ ਰਹੋ ਔਰ ਆਪਣੇ ਜਿਹੜੇ ਜਿਹੜੇ ਤੁਹਾਨੂੰ ਦੱਸੇ ਨੇ ਡਾਕਟਰਾਂ ਨੇ ਆਪਣੇ ਮਾਸਕ ਪਾਓ ਸੋਸ਼ਲ ਡਿਸਟੈਂਸਿੰਗ ਰੱਖੋ ਇਹ ਜ਼ਰੂਰੀ ਹੈ ਮੈਂ ਜਾਣਦਾ ਹੈ ਜਦੋਂ ਤਿਉਹਾਰ ਹੁੰਦੇ ਨੇ ਬੜਾ ਮੁਸ਼ਕਲ ਹੁੰਦਾ ਹੈ ਕੋਈ ਆ ਕੇ ਜੱਫੀ ਪਾਲਦਾ ਹੈ ਕੋਈ ਹੱਥ ਮਲਾਉਣਾ ਚਾਹੁੰਦਾ ਹੈ ਕੋਈ ਤੁਹਾਨੂੰ ਮਠਿਆਈ ਖਿਲਾਉਣਾ ਚਾਹੁੰਦਾ ਹੈ ਲੇਕਿਨ ਇਸ ਤੋਂ ਬਚੋ ਕਿਉਂਕਿ ਇਹਦੇ 'ਚ ਇਹ ਬਿਮਾਰੀ ਬੜੀ ਹਾਲੇ ਦੁਨੀਆ ਨੂੰ ਪਤਾ ਹੀ ਨਹੀਂ ਲੱਗਿਆ ਲekin ਜੋ ਪਤਾ ਲੱਗ ਰਿਹਾ ਹੈ ਕਿ ਜਿਹੜੇ ਇੱਕ ਦੂਜੇ ਦੇ ਨੇੜੇ ਤੁਸੀਂ ਹੋਗੇ ਉਤੋਂ ਵੱਧ ਹੀ ਹੈ ਸੋ ਇਹ ਮੈਂ ਆਸ ਕਰਦਾ ਕਿ ਤੁਸੀਂ ਇਹ ਮੇਰੀ ਗੱਲ ਮੰਨੋਗੇ ਔਰ ਆਪਾਂ ਖੁਸ਼ੀਆਂ ਮਨਾਈਏ ਇਹ ਬੜੇ ਔਖੀ ਘੜੀ ਦੇ ਵਿੱਚੋਂ ਆਪਣਾ ਪੰਜਾਬ ਨੰਗਿਆ ਔਖੇ ਸਮੇਂ ਦੇ ਵਿੱਚੋਂ ਨੰਗਿਆ ਬੜੇ ਕਰੋਨਾ ਦੇ ਕੇਸ ਹੋਨੇ ਬੜੇ ਸਾਡੇ ਲੋਕ ਸਾਨੂੰ ਸਦਾ ਵਾਸਤੇ ਛੱਡ ਕੇ ਚਲੇ ਜਾਏ ਨੇ ਔਰ ਮੈਂ ਮੈਂ ਚਾਹੁੰਦਾ ਕਿ ਆ ਕੰਮ ਫਿਰ ਬਿਲਕੁਲ ਖਤਮ ਹੋਈ ਔਰ ਇੱਕ ਅਮਨਾਹ ਸਾਡੇ ਪੰਜਾਬ ਦੇ ਵਿੱਚ ਆਵੇ ਕਿਸਾਨਾਂ ਨੂੰ ਇਸ ਵੇਲੇ ਇਹ ਦੱਸਣਾ ਚਾਹੁੰਦੇ ਪਹਿਨਾ ਤੁਹਾਨੂੰ ਵਧਾਈ ਹੋਵੇ ਅੱਜ ਜਿਹੜਾ ਝੋਨੇ ਦਾ ਰਿਕਾਰਡ ਆਇਆ ਸਾਡਾ ਇਹ ਪਹਿਲਾਂ ਕਦੇ ਇੰਨਾ ਝੋਨੇ ਦੀ ਪੈਦਾਵਾਰ ਨਹੀਂ ਹੋਈ ਸੀ ਨਾਲੇ 2 ਲੱਖ ਕਿਲੇ ਝੋਨੇ ਤੋਂ ਨਿਕਲ ਕੇ ਕਪਾਹ ਚ ਗਏ ਨੇ ਲੇਕਿਨ ਉਹਨੇ باوجود ਸਾਡੀ ਪੈਦਾਵਾਰ ਇੰਨੀ ਰਿਕਾਰਡ ਪੈਦਾਵਾਰ ਹੋਈ ਹੈ ਤੁਹਾਨੂੰ ਥੋੜੀ ਹਿੰਮਤ ਹੈ ਤੁਹਾਨੂੰ ਵਧਾਈ ਹੋਵੇ ਔਰ ਦੇਸ਼ ਨੂੰ ਇਹ ਅਨ ਜਾਏਗਾ ਜੋ ਦੇਸ਼ ਦੇ ਗਰੀਬ ਜਨਤਾ ਹੈ ਜੋ ਜੋ ਪੀਡੀਐਸ ਸਿਸਟਮ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਅਧੀਨ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਾਏਗੀ ਤਾਂ ਕਿ ਉਹ ਆਪਣੇ ਟੰਬਰਾਂ ਨੂੰ ਪਾ ਸਕਣ ਅੱਜ ਚਿਲਡਰਨਸ ਡੇ ਵੀ ਹੈ ਬੱਚਿਆਂ ਦਾ ਦਿਹਾੜਾ ਜਿੱਥੇ ਸਾਰੀ ਦੁਨੀਆ ਦੇ ਵਿੱਚ ਬੱਚੇ ਨੂੰ ਜਦ ਸਾਡੇ ਉਹਨਾਂ ਨੂੰ ਅਸੀਂ ਖੁਸ਼ੀਆਂ ਦੀ ਅਸੀਂ ਅਕਾਲ ਪੁਰਖ ਤੇ ਚਰਨ ਅਰਦਾਸ ਹੀ ਕਰ ਸਕਦੇ ਹਾਂ ਕਿ ਉਹ ਖੁਸ਼ ਰਹਿਣ ਸੁਖੀ ਰਹਿਣ ਅੱਛੇ ਪੜਨ ਅੱਛੇ ਬਣਨ ਇਹ ਉਹਨਾਂ ਦੇ ਇੱਕ ਚਿਲਡਰਨਸ ਡੇ ਕਹਿੰਦੇ ਨੇ ਇਹ ਸਾਰੀ ਦੁਨੀਆ ਮਨਾਉਂਦੀ ਹੈ ਸਾਰੇ ਬੱਚਿਆਂ ਨੂੰ ਵੀ ਮੈਂ ਬਹੁਤ ਪਿਆਰ ਭੇਜਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ 'ਚ ਬਹੁਤ ਅچھے ਤੁਹਾਡੀ ਜ਼ਿੰਦਗੀਆਂ ਰਹਿਣ ਅਤੇ ਕੰਮ ਤੁਸੀਂ ਕਰੋ ਆਪਣੇ ਦੇਸ਼ ਵਾਸਤੇ ਅਤੇ ਆਪਣੇ ਪਿੰਡਾਂ اور ਆਪਣੇ ਸੂਬੇ ਵਾਸਤੇ। اور آج ਪੰਡਤ جواਹਰ ਲਾਲ ਨਹਿਰੂ ਜੀ ਦਾ ਜਨਮ ਦਿਹਾੜਾ ਵੀ ਹੈ। ਪੰਡਤ ਜੀ ਸਾਰੇ ਦੁਨੀਆ ਉਹਨਾਂ ਨੂੰ ਜਾਣਦੇ ਨੇ ਸਾਰਾ ਇਤਿਹਾਸ ਉਹਨਾਂ ਦਾ ਲਿਖਿਆ ਹੋਇਆ ਹੈ। ਪੰਡਤ ਜੀ ਇੱਕ ਮਹਾਨ ਸ਼ਖਸੀਅਤ تھے۔ ਇਸ ਪਰਿਵਾਰ ਨੇ ਉਹਨਾਂ ਨੇ ਜਦੋਂ ਪੜ ਕੇ ਆਏ ਬਾਹਰ ਉਹ ਵਰੇਸ਼ਾ ਤੋਂ ਜੇਲਾ ਕਟੀਆਂ ਬਹੁਤ ਉਹਨਾਂ ਨੇ ਇਸ ਜਿਹੜੀ ਆਪਣੇ ਜੰਗ ਦੀ ਆਜ਼ਾਦੀ ਦੀ ਲੜਾਈ ਸੀ ਉਹਦੇ ਵਿੱਚ ਬਹੁਤ ਹਿੱਸਾ ਪਾਇਆ ਉਹਨਾਂ ਨੇ ਕਿਤਾਬਾਂ ਉਹਦੇ 'ਚ ਲਿਖੀਆਂ ਨੇ ਤੋਂ ਇਹ ਤਾਂ ਇੱਕ ਮਹਾਨ ਸ਼ਖਸੀਅਤ ਸੀ ਸੋ ਉਹਨਾਂ ਨੂੰ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜੇ ਬੰਦੇ ਆਪਣੇ ਦੇਸ਼ ਵਾਸਤੇ ਆਪਣੇ ਜ਼ਿੰਦਗੀਆਂ ਦਿੰਦੇ ਨੇ ਆਪਣੇ ਪਰਿਵਾਰਾਂ ਨੂੰ ਤਿਆਗਦੇ ਨੇ ਜਿਹੜਾ ਕੁਝ ਆਪਣਾ ਕਰਦੇ ਨੇ ਆਪਣੇ ਦੇਸ਼ ਦੇ ਭਲਾਈ ਵਾਸਤੇ ਉਹਨਾਂ ਨੂੰ ਆਪਾਂ ਹਰ ਵੇਲੇ ਯਾਦ ਰੱਖੀਏ ਤੋਂ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਹੈ ਚਿਲਡਰਨਸ ਡੇ ਵੀ ਹੈ ਔਰ ਦੀਵਾਲੀ ਔਰ ਬੰਦੀ ਛੋੜ ਦਿਵਸ ਜੋ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਮਨਾਈਏ ਔਰ ਯਾਦ ਰੱਖੀਏ ਇਹ ਜਨਨ ਨੂੰ ਔਰ ਖੁਸ਼ੀਆਂ ਤੁਹਾਡੇ ਤੇ ਪੂਰੀਆਂ ਹੋਣ ਵਾਇਰੂਟ ਨੂੰ ਚੜਦੀ ਕਲਾ ਵਿੱਚ ਰੱਖਣ ਔਰ ਤੁਸੀਂ ਹਰ ਵੇਲੇ ਆਪਣੇ ਪੰਜਾਬ ਵਾਸਤੇ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਬਹੁਤ ਬਹੁਤ ਸ਼ੁਕਰੀਆ ਧੰਵਾਦ ਜੈ ਹਿੰਦ